लुधियाना के टंडारे खुर्द वार्ड 25 में काफी लंबे समय से इलाका निवासियों की मांग जो रेलवे अंडरपास बनाने की थी, आज लोकसभा फतेहगढ़ साहिब से कांग्रेस सांसद डॉक्टर अमर सिंह की मौजूदगी में रेलवे अधिकारी मौके पर पहुंचे और अंडरपास की जगह ओवर ब्रिज बनाने पर सहमति बनी। रेलवे अधिकारियों ने बताया बहुत जल्द एस्टिमेट बना के काम शुरू किया जाएगा। इस मौके पर डॉक्टर अमर सिंह ने टंडारे खुर्द निवासियों को बधाई दी। बता दें इस मौके पर विक्रम सिंह बाजवा, कमलजीत सिंह भोपा राय, मोहिंदर सिंह टंडारे, गुरबीर सिंह, मोहम्मद शहजाद के साथ अन्य कांग्रेसी नेता एवं इलाकावासी मौजूद रहे। सुनिए इस मौके पर सांसद डॉक्टर अमर सिंह और रेलवे अधिकारी क्या कुछ कह रहे हैं। रेलवे वाले नहीं जो कंध नहीं सी होंगे उदो ये टंडारी खुर्द वाले इतों के निकलते रहते थे। क्यों जी? हाँ जी हाँ, ये पूरा खुला सी। हूँ फिर ऑक्सीडेंट होंगे आ बहुत सारिया परेशानी होंगे, रेलवे वालिया ने फिर ये रस्ता बंद करता। हूँ मैनू पिछले 5 साल भी ये टंडारी खुर्द वाले और कलां वाले भी दोवें ही पिछे पेंदे सी कि साडा इत्थे रेलवे अंडर ब्रिज बना दो, सानू रस्ता क्रॉस करन दा इक दे दो। धन्नवाद आ रेलवे मंत्री जी का, रेलवे दे अफसरां दा, खासकर आकाशदीप जी का, इन्हां दी टीम दा, कि सारिआं ने, क्योंकि मैं उत्ते बार बार रेलवे मिनिस्टर नूं प्रैशर पाउणा, रेलवे बोर्ड नूं बार बार प्रैशर पाउणा कि भाई टंडारी कलां दा ਉਹਦਾ ਖੁਰਦ ਦਾ ਉਹਦਾ ਕੋਈ ਰਸਤਾ ਕਰੋ। ਅਤੇ ਅੱਜ ਅਸੀਂ ਇਸ ਮੌਕੇ 'ਤੇ ਆਏ ਹਾਂ। ਲੋਕ ਸਾਰੇ ਇੱਥੋਂ ਦੇ ਜਿਹੜੇ ਲੀਡਰ ਨੇ, ਵਿਕਰਮ ਬਾਜਵਾ ਜੀ, ਬਲਵੀਰ ਬੁੱਢੇਵਾਲ ਜੀ, ਮਹਿੰਦਰ ਸਿੰਘ ਜੀ, ਬੋਪਾ ਰਾਏ ਸਾਹਿਬ, ਹੋਰ ਸਾਰੇ ਜਿੰਨੇ, ਅਸੀਂ ਸਾਰੇ ਇਕੱਠੇ ਹੋ ਕੇ ਆਏ ਹਾਂ ਕਿ ਅੱਜ ਮੌਕੇ 'ਤੇ ਫੈਸਲਾ ਲੈ ਲਈਏ। ਅੰਡਰ ਬ੍ਰਿਜ ਦੀ ਸਮੱਸਿਆ ਰੇਲਵੇ ਵਾਲੇ ਦੱਸ ਰਹੇ ਆ ਕਿ ਭਾਈ ਇੱਥੇ ਪਾਣੀ ਪਹਿਲਾਂ ਵੀ ਖੜ੍ਹਾ ਹੁੰਦਾ, ਹੋਰ ਖੜ੍ਹਾ ਹੋ ਜੂਗਾ ਕਿਉਂਕਿ ਉਹ ਨੀਵਾਂ ਹੋਊਗਾ। ਬਈ ਓਵਰ ਬ੍ਰਿਜ ਬਣਾ ਦਿੰਦੇ ਹਾਂ, ਉੱਤੋਂ ਦੀ ਕੱਢ ਦਿੰਦੇ ਹਾਂ ਔਰ ਉਹਨੂੰ ਇਹੋ ਜਿਹਾ ਬਣਾ ਦਾਂਗੇ ਕਿ ਪੌੜੀਆਂ ਵੀ ਬਣਾ ਦਿਆਂਗੇ, ਰੈਂਪ ਵੀ ਲਾ ਦਿਆਂਗੇ। ਜਿਹੜੇ ਲੋਕਾਂ ਦੇ ਤਾਕਤ ਓਨੀ ਨਹੀਂ ਆ ਵੀ ਪੌੜੀਆਂ ਚੜ੍ਹ ਸਕਣ, ਉਹ ਆਪਣਾ ਰੈਂਪ 'ਤੇ ਖੜ੍ਹੇ ਹੋ ਗਏ, ਚੜ੍ਹਦੇ ਚੜ੍ਹਦੇ ਉੱਤੇ ਚਲੇ ਗਏ। ਅਤੇ ਇਹ ਅੱਜ ਫੈਸਲਾ ਹੋਇਆ ਕਿ ਇੱਥੇ ਓਵਰ ਬ੍ਰਿਜ ਬਣਾਇਆ ਜਾਵੇ ਅੰਡਰ ਬ੍ਰਿਜ 'ਚ, ਕਿਉਂਕਿ ਪਹਿਲਾਂ ਹੀ ਨੀਵਾਂ ਇਲਾਕਾ, ਬਹੁਤ ਪਾਣੀ ਹੁੰਦਾ। ਇਹ ਅੱਜ ਸਹਿਮਤੀ ਹੋਈ ਆ ਅਤੇ ਮੈਂ ਸਾਰੇ ਲੀਡਰਾਂ ਨੂੰ, ਖਾਸ ਕਰ ਵਿਕਰਮ ਬਾਜਵਾ ਜੀ ਔਰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ, ਲੋਕਲ ਲੀਡਰਾਂ ਨੂੰ, ਕਿ ਭਾਈ ਚਲੋ ਇਹ ਮਸਲਾ ਜਿਹੜਾ ਇੰਨੇ ਸਾਲਾਂ ਦਾ ਪੈਂਡਿੰਗ ਸੀ, ਅੱਜ ਇਹ ਕਿਸੇ ਠੀਕ ਦਿਸ਼ਾ 'ਚ ਫੈਸਲਾ ਹੋ ਰਿਹਾ ਇਹਦਾ, ਅਤੇ ਸਾਰਿਆਂ ਨੂੰ ਭਾਈ ਵਧਾਈ ਹੋਵੇ ਔਰ ਰੇਲਵੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਜਟ ਦੇਖੋ ਅਜੇ ਇਹਦੀ ਅਲਾਈਨਮੈਂਟ ਡਿਸਾਈਡ ਕਰਾਂਗੇ, ਜੋ ਵੀ ਲੋਕਲ ਰਿਪ੍ਰੈਜੈਂਟੇਟਿਵ ਨੇ ਵੀ ਕਿਹੜੇ ਰਸਤੇ 'ਤੇ ਚਾਹੁੰਦੇ ਨੇ, ਕੀ ਉਹਦਾ ਸਪੈਨ ਹੈ ਟੋਟਲ, ਉਹਦੇ ਹਿਸਾਬ ਨਾਲ ਇੱਕ ਐਸਟੀਮੇਟ ਪ੍ਰੀਪੇਅਰ ਕਰਾਂਗੇ, ਫਿਰ ਇਹਨੂੰ ਪ੍ਰੋਸੀਡ ਕਰਾਂਗੇ। ਕਿੰਨੇ ਕੁ ਦੇਰ ਤੱਕ ਲੋਕਾਂ ਨੂੰ ਤਿਆਰ ਹੋ ਕੇ ਮਿਲ ਜੂਗਾ? ਟਾਈਮਲਾਈਨ ਕਮੈਂਟ ਕਰ ਪਾਉਣਾ ਤਾਂ ਬਹੁਤ ਮੁਸ਼ਕਿਲ ਹੈ, ਪਰ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਵੀ ਸੈਂਕਸ਼ਨ ਹੋਵੇ, ਐਗਜੀਕਿਊਸ਼ਨ ਇਹਦੀ LHS ਤੋਂ ਫਾਸਟ ਹੋਵੇ। ਢੰਡਾਰੀ ਖੁਰਦ ਵਾਲੇ ਸਾਰੇ ਖੜ੍ਹੇ ਨੇ, ਇਹਨਾਂ ਦੀ ਬੜੀ ਦੇਰ ਦੀ ਮੰਗ ਸੀ, ਸੋ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰੀ ਔਰ ਇਹਨਾਂ ਨੇ ਬੜੀ ਹਿੰਮਤ ਕਰਕੇ ਰੇਲਵੇ ਮੰਤਰੀ ਜੀ ਨਾਲ ਗੱਲ ਕਰਕੇ ਅੱਜ ਰੇਲਵੇ ਦੀ ਪੂਰੀ ਟੀਮ ਲੈ ਕੇ ਅੱਜ ਢੰਡਾਰੀ ਖੁਰਦ ਦੇ ਵਿੱਚ ਆਏ। ਅੱਜ ਸਾਰੇ ਪਿੰਡ ਵਾਲੇ ਵੀ ਕਹਿ ਰਹੇ ਸੀ ਕਿ ਕਦੇ ਕੋਈ MP ਇਸ ਤਰ੍ਹਾਂ ਕੰਮ ਕਰਨ ਵਾਸਤੇ ਨਗਰ ਵਾਸਤੇ ਨਹੀਂ ਆਏ, ਜਿਹੜਾ ਕਿ ਅਜੇ 2 ਮਹੀਨੇ ਇਲੈਕਸ਼ਨ ਹੋਈ ਨੂੰ ਹੋਏ। ਸੋ ਅੱਜ ਅਸੀਂ ਸਾਰੇ MP ਸਾਹਿਬ ਨਾਲ ਸਾਰੀ ਟੀਮ ਲੈ ਕੇ ਅੱਜ ਇਸ ਨਗਰ ਦੇ ਵਿੱਚ ਇਹਨਾਂ ਦੀਆਂ ਹੋਰ ਵੀ ਸਮੱਸਿਆ ਸੀ, ਬ੍ਰਿਜ ਦੀ ਸਮੱਸਿਆ ਸੀ, ਉਹ ਹੱਲ ਕਰੀ ਆ, ਤੁਹਾਡੇ ਸਾਹਮਣੇ ਖੜ੍ਹੇ ਨੇ, ਉਹ ਜਿਹੜਾ ਆ ਉਹ ਛੇਤੀ ਬਣ ਕੇ ਤਿਆਰ ਹੋ ਜੂਗਾ।